ਸਾਰਿਆਂ ਤੋਂ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਅਤੇ ਜਿਹੜੇ ਵੀ ਵੀਰ ਆਪਣੇ ਚੈਨਲ 'ਤੇ ਨਵੇਂ ਆਏ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਅਤੇ ਘੰਟੀ ਦੇ ਬਟਨ ਨੂੰ ਦਬਾਉਣ ਅਤੇ ਅੱਜ ਆਪਾਂ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਦਿਖਾਵਾਂਗੇ ਵੀ ਜੀਰੀ ਨੂੰ ਆਪਾਂ ਪਾਣੀ ਸਟਾਰਟ ਕਰਤਾ ਜਿਹੜੀ ਬੀਜੀ ਹੋਈ ਜੀਰੀ ਅਤੇ ਪਹਿਲਾਂ ਪਾਣੀ ਸਟਾਰਟ ਹੈ ਜੀ ਆਹ ਚਾਲੂ ਕਰਤੀ ਆਪਾਂ ਪਹਿਲੀ ਮੋਟਰ ਇੱਕ ਮੋਟਰ ਚੱਲੀ ਨਹੀਂ ਹੈ ਅੱਗੇ ਠੀਕ ਹੈ ਜੀ ਉਹ ਵੀ ਦਿਖਾਵਾਂਗੇ ਤੁਹਾਨੂੰ ਅਤੇ ਬਾਈ ਜੀ ਆਪਾਂ ਤੀਜੀ ਮੋਟਰ ਦੀ ਵੀ ਰਿਪੇਅਰ ਕਰਕੇ ਅਤੇ ਚਾਲੂ ਕਰਤੀ ਮੋਟਰ ਆਹ ਘਰ ਦੇ ਵਿੱਚ ਜੀ ਡੱਗੀ ਵੀ ਜੀ ਸਪਲਾਈ ਹੁੰਦਾ ਪਾਣੀ ਆਪਣਾ ਅਤੇ ਆਹ ਬਾਈ ਨੇ ਅਤੇ ਅਸੀਂ ਦੋਨਾਂ ਨੇ ਬਾਈ ਨੇ ਵੀ ਹੈਲਪ ਕਰੀ ਹੈ ਅਤੇ ਆਪਾਂ ਆਹ ਦੇਖੋ ਨਟ ਨੁਟ ਕੱਸ ਕੇ ਆਏ ਪੂਰੇ ਅਤੇ ਕਰਕੇ ਕੰਮ ਰੈਡੀ ਚਾਲੂ ਕਰਤਾ ਜੀ ਵਧੀਆ ਸਿਸਟਮ ਹੈ ਬਾਈ ਨਹਾਉਣ ਵਾਲਾ ਵੀ ਹੈ ਧੰਨਵਾਦ ਵੀਰੇ ਲੈ ਵੀ ਦੋਸਤੋ ਆਪਾਂ ਹੁਣ ਪਹਿਲਾਂ ਪਾਣੀ ਚਾਲੂ ਕਰਤਾ ਜੀ ਅਤੇ ਦੋ ਦਿਨ ਹੋ ਗਏ ਸੀਗੇ ਮੀਂਹ ਪੈ ਗਿਆ ਸੀਗਾ ਉਸ ਤੋਂ ਬਾਅਦ ਪਾਣੀ ਅੱਜ ਚਾਲੂ ਕਰਿਆ ਅਤੇ ਟੰਗੂਰ ਮਾਰ ਕੇ ਨੇੜੇ ਪਹੁੰਚ ਗਿਆ ਜੀ ਜੀਰੀ ਅਤੇ ਕਿਤੇ ਕਿਤੇ ਉੱਗਰ ਵੀ ਆਈ ਆ ਦੇਖੋ ਜੀ ਇਸ ਤਰ੍ਹਾਂ ਦੀ ਹੋ ਗਈ ਠੀਕ ਹੈ ਜੀ ਅਤੇ ਆਪਾਂ ਹੁਣ ਪਾਣੀ ਚਾਲੂ ਕਰਤਾ ਪਹਿਲਾਂ ਜੀ ਅਤੇ ਨਾਲ ਦੀ ਨਾਲ ਆਪਾਂ ਦਵਾਈ ਆ ਬਾਈਆਂ ਨੇ ਦਵਾਈ ਵੀ ਸ਼ੁਰੂ ਕਰਤੀ ਅਤੇ ਆਪਾਂ ਦਵਾਈ ਵੀ ਦਿਖਾ ਨੇ ਤੁਹਾਨੂੰ ਕਰੇਜ਼ ਦਵਾਈ ਕਰਦੇ ਹਾਂ ਜੀ ਕੱਖਾਂ ਵਾਸਤੇ ਡੀਲੇ ਵਾਸਤੇ ਅਤੇ ਮੋਥਰੇ ਵਾਸਤੇ ਕਰਦੇ ਹਾਂ ਆਪਾਂ ਕੈਂਪਾ ਜੀ ਆਹ ਪੁੜੀਆਂ ਕਿੱਲੇ ਦੀ ਇੱਕ ਪਊਗੀ ਆਹ ਕਿੰਨੀ ਪਊਗੀ ਵੀਰੇ ਦੱਸੀ ਢੋਲੀ ਦੀ ਕਿਆ ਗ੍ਰਾਮ ਪਊਗੀ ਛੇ ਦੀ ਦੱਸ ਵੀਰੇ ਹੈਲੋ ਮੈਨੂੰ ਨਹੀਂ ਪਤਾ ਭਰਾਵਾ ਇਹ ਬਾਈ ਨੂੰ ਨੌਲੇਜ ਨਹੀਂ ਹੈਗੀ ਇੰਨੀ ਅਤੇ ਦੱਸੀ ਇਹ ਪਊਗੀ 500 ਗ੍ਰਾਮ ਕਿੱਲੇ 500 ਗ੍ਰਾਮ ਕਿੱਲੇ ਦੀ ਪਊਗੀ ਬਾਈ ਅਤੇ 1 ਲੀਟਰ ਪਊਗਾ 2 ਕਿੱਲਿਆਂ 'ਚ ਠੀਕ ਹੈ ਜੀ ਉਹ ਕਹਿ ਰਿਹਾ ਤਾਂ ਭਰਤਾ ਅਤੇ ਉਹਦੇ 'ਚ ਭਰ ਕੇ ਦਵਾਈ ਦੇਵਾਂਗੇ ਸੈੱਟ ਆਪਾਂ ਬੈਟਰੀ ਵਾਲੀ ਢੋਲੀ ਨਾਲ ਠੀਕ ਹੈ ਜੀ ਅਤੇ ਆਹ ਬਾਕੀ ਬਣ ਆਪਣਾ ਹਜੇ ਪਿਆ ਸੁੱਕਾ ਬੀਜਿਆ ਪਿਆ ਇਹਦੇ 'ਚ ਅਤੇ ਇਹਦੇ 'ਚ ਵੀ ਤੁਹਾਨੂੰ ਦਿਖਾਇਆ ਕਰਾਂਗੇ ਅੱਗੇ ਦੀ ਅੱਗੇ ਵੀ ਕਿਵੇਂ ਦਾ ਹੁਣ ਜਿੱਦੇ ਉੱਗਰਿਆ ਇਹਦਾ ਰਿਜ਼ਲਟ ਆਪਾਂ ਸਾਰਾ ਦਿਖਾਵਾਂਗੇ ਜੀ ਤੁਹਾਨੂੰ ਉੱਗਰੇ ਹੋਏ ਦਾ ਵੀ ਰਿਜ਼ਲਟ ਦਿਖਾਵਾਂਗੇ ਠੀਕ ਹੈ ਜੀ ਉਹ ਬਾਈ ਲਾਈ ਜਾਂਦਾ ਆਪਣਾ ਪਾਣੀ ਅਤੇ ਆਪਾਂ ਉੱਧਰੋਂ ਮੋਟਰ ਚਾਲੂ ਕਰੀ ਸੀਗੀ ਅਤੇ ਹੁਣ ਆਪਾਂ ਦੂਜੀ ਮੋਟਰ ਦੀ ਕਰਦੇ ਹਾਂ ਸਰਵਿਸ ਅਤੇ ਸਰਵਿਸ ਕਰਕੇ ਉਹਨੂੰ ਚਾਲੂ ਕਰ ਦਾਂਗੇ ਕੱਲ੍ਹ ਵਾਲੇ ਕੱਟ ਲਈ ਠੀਕ ਹੈ ਜੀ ਅਤੇ ਆਹ ਫਿਰਦੇ ਆ ਵਿੱਚ ਜਾਨਵਰ ਬਗਲੇ ਅਤੇ ਅਸੀਂ ਇਸ ਤਰ੍ਹਾਂ ਚੱਲੀ ਜਾਂਦਾ ਜੀ ਪਾਣੀ ਆਪਣੀ ਠੀਕ ਹੈ ਜੀ ਆਹ ਕੈਰਾ ਗਿਆ ਆਪਣਾ ਭਰ ਅਤੇ ਇਹ ਕੈਰੇ ਭਰੇ ਦੇ ਵਿੱਚ ਆਪਾਂ ਦਵਾਈ ਦੇਵਾਂਗੇ ਸਿੱਟ ਅਤੇ ਮੇਰਾ ਵੀਰ ਕਮੈਂਟਾਂ 'ਚ ਦੱਸੀ ਚੱਲੋ ਵੀ ਕਿਵੇਂ ਕਿਵੇਂ ਦਾ ਲੱਗਿਆ ਤੁਹਾਨੂੰ ਵੀਡੀਓ ਅਤੇ ਕਿਵੇਂ ਦੀ ਨਹੀਂ ਜੇ ਕੋਈ ਸ਼ਿਕਾਇਤ ਹੋਵੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਓ ਅਤੇ ਆਪਾਂ ਹਰ ਇੱਕ ਵਲੌਗ ਝੋਨੇ ਦੇ ਲਈ ਸਪੈਸ਼ਲੀ ਬਣਾਇਆ ਜੀ ਕਿਉਂਕਿ ਆਪਾਂ ਬਿਜਾਈ ਵੀ ਪਹਿਲੀ ਵਾਰ ਕਰੀਏ ਅਤੇ ਇਹਦਾ ਤੁਹਾਨੂੰ ਹਰ ਇੱਕ ਐਕਸਪੈਰੀਮੈਂਟ ਦੇ ਤੌਰ 'ਤੇ ਕਰਿਆ ਆਪਾਂ ਇਹਨੂੰ ਅਤੇ ਸਾਰਾ ਤੁਹਾਨੂੰ ਦੱਸਾਂਗੇ ਜੀ ਕਿਵੇਂ ਦਾ ਰਿਹਾ ਇਹ ਅਤੇ ਕਿਵੇਂ ਦਾ ਨਹੀਂ ਠੀਕ ਹੈ ਜੀ ਧੰਨਵਾਦ ਆਪਾਂ ਵੀਡੀਓ ਦਾ ਐਂਡ ਕਰਦੇ ਹਾਂ ਹੁਣ ਠੀਕ ਹੈ ਜੀ ਧੰਨਵਾਦ ਓਕੇ ਬਾਏ